ਕੁਲਦੀਪ ਸਿੰਘ ਜੀ ਧਾਰੀਵਾਲ, ਉਹਨਾਂ ਦਾ ਬਹੁਤ ਬਹੁਤ ਸਵਾਗਤ ਸਾਡੇ ਅੰਮ੍ਰਿਤਸਰ ਲੋਕ ਸਭਾ ਦੇ ਉਮੀਦਵਾਰ। ਹੁਣ ਤਾਂ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਦੇ ਰੋਜ਼ ਲੋਕ ਸ਼ਾਮਿਲ ਹੁੰਦੇ ਆ ਔਰ ਸਭ ਦਾ ਮਾਨ ਸਨਮਾਨ ਹੋ ਰਿਹਾ ਪਾਰਟੀ 'ਚ। ਹੁਣ ਅਸੀਂ ਆਪਣੀ ਲੀਡ ਦੀ ਲੜਾਈ ਲੜੇ, ਆਮ ਆਦਮੀ ਪਾਰਟੀ ਜਿੱਤ ਚੁੱਕੀ ਪੰਜਾਬ 'ਚ, ਬਸ ਹਰ ਪਾਸੇ ਲੀਡ ਦੀ ਤੁਸੀਂ ਦੇਖਿਆ ਜਿੱਥੇ ਜਿੱਥੇ ਮਾਨ ਸਾਹਿਬ ਜਾ ਰਹੇ, ਕੇਜਰੀਵਾਲ ਸਾਹਿਬ ਜਾ ਰਹੇ, ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ। ਅੰਮ੍ਰਿਤਸਰ ਸੀਟ ਦੇ ਵਿੱਚ ਵੀ ਅਸੀਂ ਇਸ ਵੇਲੇ ਜਿਹੜਾ ਲੀਡ ਜਿਹੜੀ ਕਿੰਨੀ ਹੋ ਗਈ, ਅਸੀਂ ਟੀਚਾ ਮਿਲਿਆ ਵੀ ਘੱਟੋ ਘੱਟ 2.5 ਲੱਖ ਦੀ ਲੀਡ ਨਾਲ ਅਸੀਂ ਦਿੱਤੇ। ਧੰਨਵਾਦ ਸਰ। ਕਿਸਾਨਾਂ ਨੇ ਐਲਾਨ ਕੀਤਾ ਵੀ ਅਸੀਂ ਪੰਜਾਬ ਦੇ ਵਿੱਚ ਕੱਲ੍ਹ ਸਾਰੇ BJP ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਘਿਰਾਓ ਕਰਨ ਜਾ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸਿੰਘ ਦੇ ਘਰ ਦਾ ਘਿਰਾਓ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਐਲਾਨ ਕੀਤਾ ਗਿਆ, ਕਿਵੇਂ ਦੇਖ ਰਹੇ ਹੋ? ਬਿਲਕੁਲ ਬਿਲਕੁਲ ਸੁਣਨੀ ਚਾਹੀਦੀ। 13 ਮਹੀਨੇ ਕਿਸਾਨ ਬੈਠੇ ਦੇ ਉੱਤੇ ਇਹਨਾਂ ਨੇ ਉਹਨਾਂ ਦੀ ਬਾਤ ਨਹੀਂ ਸੁਣੀ। 740 ਕਿਸਾਨ ਸ਼ਹੀਦ ਹੋ ਗਏ, ਮੋਦੀ ਨੇ 5 ਮਿੰਟ ਟਾਈਮ ਨਹੀਂ ਦਿੱਤਾ। ਹੁਣ ਕਿਹੜਾ ਮੂੰਹ ਨਾਲ ਮੋਦੀ ਆ ਰਿਹਾ ਜੀ? ਹੁਣ ਕਿਹੜਾ ਮੂੰਹ ਨਾਲ ਅੰਮ੍ਰਿਤ ਸ਼ਾਹ ਆਇਆ ਪੰਜਾਬ 'ਚ? ਹੁਣ ਕਿਹੜਾ ਮੂੰਹ ਨਾਲ ਰਾਜਨਾਥ ਸਿੰਘ ਆ ਰਹੇ? ਉਦੋਂ ਕਿਉਂ ਨਹੀਂ ਮਿਲੇ ਉਹਨਾਂ ਨੂੰ? ਕਿੰਨਾ ਨੁਕਸਾਨ ਕਰਦਾ ਸਾਡਾ ਪੰਜਾਬ ਦਾ। ਇਸ ਕਰਕੇ ਕਿਸਾਨ ਜੋ ਕਰ ਰਹੇ ਬਿਲਕੁਲ ਸਹੀ ਕਰ ਰਹੇ। ਉਹ ਆਪ ਕਿਸਾਨ ਨਹੀਂ ਨਾ, ਉਹਨੂੰ ਪਤਾ ਕਿਸਾਨ ਕੀ ਹੁੰਦੇ? ਉਹ ਤਾਂ ਸਰ ਉਹਨੂੰ ਪਤਾ ਹੋਵੇ ਨਾ ਵੀ ਕਿਸਾਨ ਕੀ ਹੈ। ਉਹਨੇ ਮੋਰਚਾ ਵੇਖਿਆ ਹੁੰਦਾ, ਉਹ ਇਹਨਾਂ ਦੀਆਂ ਟਰੈਕਟਰ ਟਰਾਲੀਆਂ ਵੇਖਦਾ, ਉਹ ਵਿਚਾਰਾ ਉੱਥੋਂ ਆਇਆ ਨਿਊ ਜਰਸੀ ਤੋਂ ਲਿਆਂਦਾ, ਉਹਨੂੰ ਸਮਝਿਆ ਨਹੀਂ ਹੋਣਾ। ਉਹਨੂੰ ਪਤਾ ਮਜ਼ਦੂਰ ਕੌਣ ਹੈ, ਕਿਸਾਨ ਕੌਣ ਹੈ? ਉਹਦੇ ਟਾਈ ਸ਼ਾਈ ਲਾ ਕੇ ਪੜ੍ਹਿਆ ਲਿਖਿਆ ਬਹੂ ਆ। ਮਤਲਬ ਮੈਂ ਤਾਂ 13 ਸਾਲ ਹੋ ਗਏ ਆ, ਉਹ AC 'ਚ ਬਹਿੰਦਾ ਸੀ, ਮੈਂ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ, ਮੈਂ ਮਿਹਨਤੀ ਕਿਸਾਨ ਦਾ ਪੁੱਤ ਹੈ। ਉਹ ਪੜ੍ਹ ਲਿਖ ਕੇ ਡਿਪਲੋਮੇਟ ਵੱਡੇ ਵੱਡੇ ਲੋਕਾਂ ਨੂੰ ਮਿਲਦਾ ਸੀ, ਉਹ ਆਮ ਲੋਕਾਂ ਦਾ ਨਹੀਂ ਹੈ ਸਰ, ਉਹ ਵੱਡਾ ਬੰਦਾ। ਉਹਦੇ ਘਰ ਹੀ ਹੱਥ ਜੋੜੇ MSP ਦੇ ਨਹੀਂ ਦੇ, MSP ਲਈ ਕਿਸਾਨ 740 ਸ਼ਹੀਦ ਹੋ ਗਏ। ਇਹ ਪਤਾ ਨਹੀਂ ਕਿਹੜੀ ਦੁਕਾਨ ਹੈ ਸੰਧੂ ਦੀ ਜਿੱਥੇ 300 ਰੁਪਏ ਗੋਭੀ ਵਿਕਣੀ, ਉਹ ਦੁਕਾਨ ਤੇ ਦੱਸੇ, ਇਹ ਕਿਹੜਾ ਪਤਾ ਹੀ ਕਰ ਲਈਏ। ਲੁੱਲੂ ਕੰਪਨੀ ਹੈ ਕੋਈ ਅਮਰੀਕਾ ਦੀ? ਹਾਂ, ਲੁੱਲੂ ਕੰਪਨੀ ਹੈ ਕੋਈ ਅਮਰੀਕਾ ਦੀ, ਉਹਦਾ ਬੜਾ ਜ਼ਿਕਰ ਹੁੰਦਾ ਕਿ ਅੰਮ੍ਰਿਤਸਰ ਆ। ਕੈਲੀਫੋਰਨੀਆ ਅਮਰੀਕਾ ਦੀ ਸਟੇਟ ਹੈ ਜਿੱਥੇ ਹਰ ਤਰ੍ਹਾਂ ਦੀ ਸਬਜ਼ੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਕਦੀ ਕਹਿੰਦੇ ਜੀ 800 ਕਰੋੜ ਲੈਣ ਦਾ, ਕਦੀ ਕਹਿੰਦੇ ਗੋਭੀ 300 ਰੁਪਏ ਕਿਲੋ ਜੀ, ਫਲਾਣਾ ਜੀ, ਢਿੰਗੜਾ ਜੀ, ਸਰ ਇਹਨਾਂ ਦੀਆਂ ਗੱਲਾਂ ਸੁਣਦੇ BJP ਵਾਲੇ। ਕਹਿੰਦੇ 3-4 ਵਾਰ ਜਦੋਂ ਸਿੱਧੂ ਆਇਆ ਉਹ ਵੀ ਇੱਦਾਂ ਕਹਿੰਦਾ ਤਾ ਜੇਤ ਲਈ ਮੈਂ ਪੁਰੀ ਸਾਹਿਬ, ਹੁਣ ਇਹ ਵਿਚਾਰੇ ਕਹਿਣ ਗਏ ਜੇ ਹਾਂ 1 ਤਰੀਕ ਤੱਕ ਬਸ ਕਹਿਣਾ ਹੀ ਆ, ਮੁੜ ਕੇ 4 ਤਰੀਕ ਨੂੰ ਸਵੇਰੇ 11:45 ਫਲਾਈਟ ਹੈ ਉਹਨਾਂ ਦੀ। ਮੈਂ ਤੁਹਾਨੂੰ ਮੈਂ ਕਿਹਾ ਸਰ, ਮੈਂ ਤਾਂ ਵਰਕਰ ਆ, ਪਾਰਟੀ ਜਿੱਥੇ ਭੇਜ ਦੂ ਉੱਥੇ ਚੱਲ ਜਾਂਗੇ, ਗੱਲ ਹੀ ਕੋਈ।